ਅਸਮਾਨ ਦਾ ਇਲਾਕੇ ਔਰ ਕਮਜ਼ੋਰ ਤਰੀਨ ਘਰ ਜਿਹੜਾ ਕਿ ਹਲੇ ਵੀ ਤੂੜੀ ਮਿੱਟੀ ਦਾ ਬਣਿਆ ਹੋਇਆ ਵਾ, ਕੋਈ ਵਾਸ਼ਰੂਮ ਨਹੀਂ, ਕੋਈ ਪਾਣੀ ਦਾ ਇੰਤਜ਼ਾਮ ਨਹੀਂ, ਔਰ ਛੋਟਾ ਜਿਹਾ ਕਮਰਾ ਉਹਦੇ ਅੰਦਰ ਆਪਣੀ ਜ਼ਿੰਦਗੀ ਬਸਰ ਕਰ ਰਿਹਾ। ਦੇਖੋ ਨਾ ਨਿੱਕੇ ਨਿੱਕੇ ਛੋਟੇ ਛੋਟੇ ਲੇਲੀਆਂ ਇਹਦੇ ਨਾਲ ਹੀ, ਮਾਸ਼ਾਅੱਲਾ ਆਹ ਜਿਹੜਾ ਨਲਕੇ ਦਾ ਇਹਤਮਾਮ ਹੋ ਰਿਹਾ। ਮੈਂ ਨਾ ਇੰਨੀ ਖੁਸ਼ੀ ਹੋ ਗਈ ਆ ਵੀ ਆਪਣੇ ਬੱਚੇ ਵਾਂਗ ਖੁਸ਼ੀ ਹੋ ਗਈ। ਚਲੋ ਮਾਸ਼ਾਅੱਲਾ, ਜਿਹਨੇ ਬੱਚੇ ਦੀ ਖੁਸ਼ੀ ਹੁੰਦੀ ਹੈ ਕਦੇ ਇੰਨੀ ਖੁਸ਼ੀ। ਮੈਂ ਇਹ ਦੁਆ ਕਰੂੰ ਵੀ ਰੱਬ ਉਹਨਾਂ ਨੂੰ ਨੇਤੀ ਹੱਜ ਖੜਾਈ ਆ ਫਿਰ। ਆਮੀਨ ਆਮੀਨ। ਬਿਸਮਿਲ੍ਲਾਹਿ ਰਹਿਮਾਨਿ ਰਹੀਮ। ਅਰਬਾਬੇ ਨਜ਼ਰ ਕੋ ਕੋਈ ਐਸਾ ਨਾ ਮਿਲੇਗਾ, ਬੰਦੇ ਤੋ ਮਿਲ ਜਾਏਂਗੇ ਪਰ ਮੌਲਾ ਨਾ ਮਿਲੇਗਾ। ਤਾਰੀਖ ਅਗਰ ਢੂੰਡੇਗੀ ਸਾਨੀ ਏ ਮੁਹੰਮਦ, ਸਾਨੀ ਤੋ ਬੜੀ ਚੀਜ਼ ਹੈ ਸਾਇਆ ਨਾ ਮਿਲੇਗਾ। ਤਹਿਸੀਲ ਸਮੁੰਦਰੀ ਡਿਸਟ੍ਰਿਕਟ ਫੈਸਲਾਬਾਦ ਦੇ ਪਸਮਾਨਦਾ ਇਲਾਕੇ ਔਰ ਕਮਜ਼ੋਰ ਤਰੀਨ ਘਰ ਜਿਹੜਾ ਕਿ ਹਲੇ ਵੀ ਤੂੜੀ ਮਿੱਟੀ ਦਾ ਬਣਿਆ ਹੋਇਆ ਵਾ, ਔਰ ਯਕੀਨਨ ਇਸ ਘਰ ਦੇ ਅੰਦਰ ਇੰਟਰ ਹੋਏ ਹਾਂ। ਕੋਈ ਵਾਸ਼ਰੂਮ ਨਹੀਂ, ਕੋਈ ਪਾਣੀ ਦਾ ਇੰਤਜ਼ਾਮ ਨਹੀਂ, ਔਰ ਛੋਟਾ ਜਿਹਾ ਕਮਰਾ ਉਹਦੇ ਅੰਦਰ ਆਪਣੀ ਜ਼ਿੰਦਗੀ ਬਸਰ ਕਰ ਰਿਹਾ। ਆਹ ਕਮਰੇ ਦੀ ਹਾਲਤ ਹੀ ਜਿਹਦੇ ਅੰਦਰ ਚੁੱਲ੍ਹਾ, ਉੱਠਣ ਬੈਠਣ ਹਰ ਚੀਜ਼। ਔਰ ਚਾਚਾ ਜੀ ਨੇ ਦੱਸਿਆ ਕਿ ਮੈਂ ਦੋ ਡੰਗਰ ਦਿਹਾੜੇ ਤੇ ਲੈ ਕੇ ਆਪਣਾ ਯਾਨੀ ਕਿ ਰੋਜ਼ਗਾਰ ਚਲਾ ਰਿਹਾ ਵਾਂ। ਆਹ ਇੱਕ ਉਹਨਾਂ ਦਾ ਨਾਲ ਦਾ ਛੋਟਾ ਜਿਹਾ ਕਮਰਾ ਵਾ। ਹੁਣ ਜਿਹੜੀ ਬੇਸਿਕਲੀ ਚੀਜ਼ ਆ ਉਹ ਵੀ ਆਪਾਂ ਦਿਖਾਣੀ ਆ ਕਿ ਅੱਜ ਇਹਨਾਂ ਲਈ ਤੋਹਫੇ ਤਾਇਫ ਕੀ ਆਏ। ਜੀ ਜੀ ਬੇਸ਼ੱਕ। ਔਰ ਫਿਰ ਸਾਹਮਣੇ ਮਾਸ਼ਾਅੱਲਾ ਆਪਣਾ ਅੱਜ ਦਾ ਜਿਹੜਾ ਵਾਟਰ ਪ੍ਰੋਜੈਕਟ ਲੱਗ ਰਿਹਾ, ਅੱਜ ਕੀ ਮਾਸ਼ਾਅੱਲਾ ਪੂਰੀ ਟੀਮ ਹੀ ਆਈ ਹੋਈ। ਗਰਮੀ ਦੀ ਇਸ ਕਦਰ ਇੰਤਹਾ ਕਿ ਜਾਨਵਰ ਵੀ ਗਰਮੀ ਨਾਲ ਬਹੁਤ ਜ਼ਿਆਦਾ ਨਿਡਹਾਲ ਹੋਏ ਪਏ ਆ। ਜ਼ੁਹੇਬ ਜੀ, ਜਾਨਵਰਾਂ ਦੀ ਕਫੀਅਤ ਦੇਖ ਰਹੇ ਆ ਤੁਸੀਂ? ਸਭ ਤੋਂ ਪਹਿਲਾਂ ਤਾਂ ਮੁਬੀਨ ਭਾਈ, ਅੱਲਾਹ ਤਾਲਾ ਮੁਲਕ ਪਾਕਿਸਤਾਨ ਚੋਂ ਗਰਮੀ ਦੂਰ ਫਰਮਾਏ। ਆਮੀਨ। ਤਾਂ ਪਸੀਨੇ ਆ ਹੀ ਆ ਰਹੇ ਆ, ਨਾਲ ਜਾਨਵਰ ਵੀ ਵਿਚਾਰੇ ਦੇਖ, ਜਾਨਵਰ ਵੀ। ਤੇ ਅੱਜ ਜਿਹੜਾ ਫਿਰ ਵਾਟਰ ਪ੍ਰੋਜੈਕਟ ਲੱਗ ਰਿਹਾ ਉਹਦੇ ਨਾਲ ਮਾਸ਼ਾਅੱਲਾ ਇਨਸਾਨੀਅਤ ਦਾ ਤਾਂ ਫਾਇਦਾ ਹੈ ਹੀ ਹੈ। ਚਾਚਾ ਜੀ ਨੂੰ ਖਸੂਸੀ ਕਹਾਂਗੇ ਕਿ ਸਾਰੇ ਜਾਨਵਰਾਂ ਵਾਸਤੇ ਵੀ ਤੁਸੀਂ ਇਹ ਨੇਕੀ ਕਰਨੀ ਹੈ ਕਿ ਇਹਨਾਂ ਦੀ ਵੀ ਪਿਆਸ ਬੁਝਾਣੀ। ਪਿਆਸ ਬੁਝਣੀ ਆ, ਜੇ ਵੀ ਬੁਝਣੀ ਇਨਸ਼ਾਅੱਲਾ ਤਾਲਾ। ਦੇਖੋ ਨਾ ਨਿੱਕੇ ਨਿੱਕੇ ਛੋਟੇ ਛੋਟੇ ਲੇਲੀਆਂ ਇਹਦੇ ਨਾਲ ਹੀ, ਮਾਸ਼ਾਅੱਲਾ ਆਹ ਜਿਹੜਾ ਨਲਕੇ ਦਾ ਇਹਤਮਾਮ ਹੋ ਰਿਹਾ। ਜ਼ੁਹੇਬ ਭਾਈ, ਇਹ ਉਹੀ ਘਰ ਆ ਜਿੱਥੇ ਆਪਾਂ ਸੁਬਹ ਟਾਈਮ ਕਿਹਾ ਕਿ ਸਾਨੂੰ ਪਾਣੀ ਥੋੜਾ ਜਿਹਾ ਪਿਲਾ ਦਿਓ, ਪਿਆਸ ਲੱਗੀ ਹੋਈ ਸੀ। ਕਹਿੰਦੇ ਕਿ ਉਹਦੇ ਤਾਂ ਨਲਕਾ ਹੀ ਨਹੀਂ ਹੈਗਾ, ਨਲਕਾ ਨਹੀਂ, ਬਾਹਰੋਂ ਪਾਣੀ ਲਿਆਉਂਦੇ ਤੇ ਲਿਆਉਣ ਵਾਲਾ ਲਿਆ ਕੇ ਪਿਲਾਉਂਦੇ ਆ। ਅੱਲਾਹ ਪਾਕ ਨੇ ਚੰਦ ਘੰਟੇ ਦੇ ਅੰਦਰ ਪਾਣੀ ਦਾ ਇਸਤੇਮਾਲ ਮਾਸ਼ਾਅੱਲਾ ਖੂਬ ਕਰ ਦਿੱਤਾ। ਆਓ ਜ਼ਰਾ ਦਿਖਾਈਏ ਨਾ ਹੋਵੇ, ਸਭ ਤੋਂ ਪਹਿਲਾਂ ਨਲਕਾ ਦਿਖਾਈਏ, ਫਿਰ ਚਾਚਾ ਜੀ ਕੋ ਦੁਆਵਾਂ ਲੈਂਦੇ ਆ ਕਿ ਕੀ ਸੂਰਤ ਆ। ਸਭ ਤੋਂ ਪਹਿਲਾਂ ਤਾਂ ਅੱਲਾਹ ਪਾਕ ਦੀ ਕਰੋੜਾਂ ਵਾਰੀ ਰਹਿਮਤ ਆ ਕਿ ਥੋੜਾ ਜਿਹਾ ਮਾਸ਼ਾਅੱਲਾ ਮੌਸਮ ਸੈਟ। ਅਲਹਮਦੁਲਿਲਾ, ਗਰਮੀ ਦੀ ਇੰਤਹਾਈ ਸ਼ਿੱਦਤ ਸੀ, ਥੋੜਾ ਜਿਹਾ ਅੱਲਾਹ ਪਾਕ ਦੀ ਰਹਿਮਤ ਨਾਲ ਹਵਾ ਚੱਲਣ ਦੀ ਉਮੀਦ ਆ। ਅੱਲਾਹ ਪਾਕ ਮਜ਼ੀਦ ਮੌਸਮ ਠੰਡਾ ਫਰਮਾਏ। ਔਰ ਦੂਸਰੀ ਖੁਸ਼ਖਬਰੀ ਇਹ ਹੈ ਕਿ ਮਾਸ਼ਾਅੱਲਾ ਕਿੱਡਾ ਪਿਆਰਾ ਵਾਟਰ ਪ੍ਰੋਜੈਕਟ ਜੋ ਕਿ ਮੁਕੰਮਲ ਖੁਰਾ ਬੈਠਣ ਵਾਸਤੇ, ਕੱਪੜੇ ਧੋਣ ਵਾਸਤੇ। ਜੀ ਜੀ, ਚਾਚਾ ਜੀ ਖੁਦ ਬਿਆਨ ਕਰ ਰਹੇ ਸੀ ਕਿ ਘਰ ਦੇ ਸਾਰੇ ਕੱਪੜੇ ਖਾਲੇ ਤੋਂ ਧੋ ਕੇ ਆਂਦੇ ਤੇ ਭਈ ਖੁਸ਼ੀ ਫਿਰ ਆਪਾਂ ਉਹਨਾਂ ਕੋਲ ਹੀ ਸੁਣਦੇ ਆ। ਜੀ ਜੀ ਭਾਈ, ਵਾਕਿਆ ਕੋਈ ਸਾਲ ਹੋ ਚੱਲਿਆ ਪਾਣੀ ਤੋਂ ਬਹੁਤ ਤੰਗ ਹਾਂ, ਕਦੀ ਕਿਤੇ ਜਾ ਕਦੀ ਕਿਤੇ ਜਾ, ਔਖੇ ਸਾਂ। ਰੱਬ ਨੇ ਸਬਬ ਲਾਤਾ, ਉਹਦਾ ਭਲਾ ਹੋਵੇ ਜਿਹਨੇ ਲਵਾਇਆ। ਜੀ ਜੀ, ਇਹ ਚਾਚਾ ਇਨਸ਼ਾਅੱਲਾ ਨੀਲਮ ਬਾਜੀ ਨਾ, ਨੀਲਮ ਖਾਲਸ ਸਾਹਿਬ ਉਹਨਾਂ ਵਾਸਤੇ ਖੁਸੀ ਦੁਆ ਕਰਨੀ। ਤੇ ਚਾਚੀ ਆਪਣੇ ਇਹ ਦੱਸੋਗੇ ਆਖਿਰ ਇੰਨੀ ਜ਼ਿੰਦਗੀ ਬੀਤ ਗਈ ਸਾਲਾਂ ਦੇ ਸਾਲ, ਪਾਣੀ ਦਾ ਨਲਕਾ ਕਿਉਂ ਨਹੀਂ ਲਗਵਾ ਸਕੇ? ਨਹੀਂ ਵੀ ਪਾਣੀ ਨਹੀਂ ਗੁੰਜਾਇਸ਼ ਨਹੀਂ ਲਵਾਇਆ ਸੀ, ਗੁੰਜਾਇਸ਼ ਨਹੀਂ ਸੀ। ਤੇ ਇਸ ਤੋਂ ਪਹਿਲਾਂ ਜਿਹੜੇ ਘਰ ਦੇ ਮਰਾਦ ਕੇ ਕੱਪੜੇ ਧੋਣੇ, ਜਾਨਵਰਾਂ ਨੂੰ ਪਾਣੀ ਪਿਲਾਣਾ, ਉਹ ਕਿੱਦਾਂ ਗੁਜ਼ਾਰਾ ਕਰਦੇ? ਬਸ ਇਦਾਂ ਕਦੀ ਇੱਥੇ ਧੋਲੇ, ਕਦੀ ਉਹ ਖਾਏ ਤੇ ਧੋਲੇ, ਕਦੀ ਪਿੰਡ ਜਾ ਕੇ ਧੋਲੇ, ਇਦਾਂ ਕਰ ਲੈ ਰਹਾ ਦਰਬਦਰ ਦਰਬਦਰ। ਸਹੀ। ਤੇ ਹੁਣ ਅੱਲਾਹ ਪਾਕ ਨੇ ਮਾਸ਼ਾਅੱਲਾ ਹੈ ਪਾਣੀ ਦਾ ਇਹਤਮਾਮ ਕਰ ਦਿੱਤਾ। ਹਾਂਜੀ, ਇਹ ਕਾਫੀ ਖੁਸ਼ੀ ਹੋ ਗਈ ਤੁਹਾਨੂੰ? ਮੈਂ ਨਾ ਇੰਨੀ ਖੁਸ਼ੀ ਹੋ ਗਈ ਆ ਵੀ ਆਪਣੇ ਬੱਚੇ ਵਾਂਗ ਖੁਸ਼ੀ ਹੋ ਗਈ। ਜਿਹਨੇ ਬੱਚੇ ਦੀ ਖੁਸ਼ੀ ਹੁੰਦੀ ਹੈ ਕਦੇ ਇੰਨੀ ਖੁਸ਼ੀ ਹੋ ਗਈ। ਹੁਣ ਘਰ ਦੀ ਕੋਈ ਦੱਸੋਗੇ ਹੁਣ ਕਿਹੜੀ ਪਰੇਸ਼ਾਨੀ ਹੈ?
ਅੱਲਾ ਮਾਫ ਕਰੇ ਅੱਲਾ ਤਾਲਾ ਆਸਾਨੀ ਕਿਹੜੀ ਚੀਜ਼ ਦਾ ਜਿੱਦਾਂ ਕਿ ਵਾਸ਼ਰੂਮ ਦਾ ਤੁਸੀਂ ਬਾਰ ਬਾਰ ਇਸਰਾਰ ਕਰਦੇ ਸੀਗੇ ਵਾਸ਼ਰੂਮ ਦੀ ਬਾਰ ਵਾਸ਼ਰੂਮ ਉਹ ਹੈ ਨਹੀਂ ਆ ਸਹੀ ਵਾਸ਼ਰੂਮ ਇਸਤੇਮਾਲ ਕਿਤੇ ਕਰਦੇ ਗਵਾਂਢੀਆਂ ਦੇ ਜਾਂ ਖੇਤਾਂ ਵੱਲੋਂ ਨਹੀਂ ਖੇਤਾਂ ਦੇ ਵਿੱਚ ਸਹੀ ਵੀ ਚਲੋ ਮਰਦੋ ਵੇ ਹੋਰ ਸਾਹ ਆ ਬੇਟੀਆਂ ਜਦੋਂ ਹੁੰਦੀਆਂ ਵਾ ਜਵਾਨ ਬੇਟੀਆਂ ਫਿਰ ਹੋਰ ਸਾਹ ਹੋਰ ਸਾਹ ਹੋ ਜਾਂਦਾ ਬੇਸ਼ੱਕ ਇਨਸ਼ਾਅੱਲਾ ਤੁਸੀਂ ਦੁਆ ਕਰਨੀ ਆ ਥੋੜਾ ਵਾਸ਼ਰੂਮ ਵੀ ਅੱਲਾ ਪਾਕ ਬਣਵਾਓਗੇ ਹੋਰ ਵੀ ਜਿਹੜੀ ਕੋਈ ਥੋੜੀ ਅੱਜ ਦਾ ਮੂਵੀ ਵੀ ਦੇਖਣਾ ਹੁਣ ਧਾਰਾ ਇਸ ਟਾਈਮ ਯਾਨੀ ਕਿ ਨੀਚੇ ਚੁੱਲਾ ਪਿਆ ਵਾ ਸਮਾਨ ਪਿਆ ਵਾ ਖੁਦਾ ਨਾ ਖਾਸਤਾ ਯਕਦਮ ਹਨੇਰੀ ਆ ਜਾਵੇ ਤੇ ਅੱਲਾ ਮਾਫ ਕਰੇ ਸਾਰੇ ਦਾ ਸਾਰਾ ਉੱਤੇ ਉੱਤੇ ਤੁਸੀਂ ਉਹ ਹੀ ਦੇਖ ਲਓ ਧਾਰੇ ਦਾ ਥਮਲਾ ਉਹ ਥਮਲਾ ਯਾਨੀ ਕਿ ਕਿੱਧਰ ਨੂੰ ਜਾ ਰਿਹਾ ਤੇ ਇਹ ਜਦੋਂ ਫਿਰ ਬਾਅਦ ਚ ਨਿਊਜ਼ ਸੁਣਦੇ ਹਨ ਕਿਉਂਕਿ ਆਪਣੇ ਪਾਕਿਸਤਾਨ ਦੀ ਕੌਮ ਨੇ ਪਹਿਲਾਂ ਨਹੀਂ ਯਾਨੀ ਕਿ ਮਰਾਦ ਕਿਸੇ ਦੀ ਮਦਦ ਕਰਨੀ ਜਦੋਂ ਨਿਊਜ਼ ਸੁਣ ਲਈ ਬਾਅਦ ਚ ਫਿਰ ਪੂਰੇ ਪਿੰਡ ਦੇ ਲੱਖਾਂ ਦੇ ਲੱਖ ਫਿਰੀ ਜਾਣਾ ਕਿ ਸੌ ਦੇ ਕੰਮ ਆਇਆ ਲੇਕਿਨ ਇਸ ਟਾਈਮ ਖਿਦਮਤ ਕਰਨ ਦਾ ਮੌਕਾ ਵਾ ਲਓ ਜੀ ਹੁਣ ਮੁਬੀਨ ਭਾਈ ਖਸੂਸੀ ਤੌਰ ਤੇ ਚਾਚਾ ਜੀ ਅਸਲੇਟ ਲਗਾਉਣ ਦਾ ਹੀ ਮਕਸਦ ਹੈ ਬਾਜੀ ਨੀਲਮ ਖਾਲਦ ਸਾਹਿਬਾ ਉਹਨਾਂ ਦੀ ਤਰਫੋਂ ਅਲਹਮਦੁਲਿਲਾ ਤੁਹਾਡੇ ਵਾਸਤੇ ਮੁਕੰਮਲ ਵਾਟਰ ਪ੍ਰੋਜੈਕਟ ਦਾ ਤੋਹਫਾ ਦਿੱਤਾ ਗਿਆ ਵਾ ਦਿਲੀ ਦੁਆ ਕਰਨੀ ਕਿ ਅੱਲਾਹ ਤਾਲਾ ਬਾਜੀ ਨੀਲਮ ਖਾਲਦ ਸਾਹਿਬਾ ਨੂੰ ਸਿਹਤ ਸਲਾਮਤੀ ਵਾਲੀ ਲੰਬੀ ਜ਼ਿੰਦਗੀ ਤਾ ਫਰਮਾਏ ਉਹਨਾਂ ਦੀ ਪੂਰੀ ਫੈਮਿਲੀ 'ਚ ਆਪਣੀਆਂ ਖਾਸ ਰਹਿਮਤਾਂ ਨਾਜ਼ਲ ਫਰਮਾਏ ਉਹਨਾਂ ਦੇ ਵਾਲਦੈਨ ਨੂੰ ਅੱਲਾਹ ਤਾਲਾ ਸਿਹਤ ਸਲਾਮਤੀ ਵਾਲੀ ਲੰਬੀ ਜ਼ਿੰਦਗੀ ਕੀ ਦੁਆ ਕਰੋਗੇ ਉਹਨਾਂ ਵਾਸਤੇ ਹਾਂਜੀ ਕੀ ਦੁਆ ਕਰੋਗੇ ਮੈਂ ਇਹ ਦੁਆ ਕਰੂੰ ਰੱਬ ਉਹਨਾਂ ਨੂੰ ਨੇਤੀ ਹਜ ਕਰਾਈ ਜਾਵੇ ਆਮੀਨ ਆਮੀਨ ਮਾਸ਼ਾਅੱਲਾ ਕਿੰਨੀ ਵੱਡੀ ਦੁਆ ਵਾਹ ਜੀ ਵਾਹ ਤੇ ਹਜ ਉਹ ਚੀਜ਼ ਆ ਕਿ ਇਨਸਾਨ ਦੇ ਸਾਰੇ ਗੁਨਾਹ ਮਾਫ ਕਰ ਦੇ ਜੇ ਵੀ ਇਦਾਂ ਦੀਆਂ ਜਿਹੜੀ ਸਾਡੀਆਂ ਭੈਣਾਂ ਹੁੰਦੀਆਂ ਨਾ ਇਹਨਾਂ ਦੇ ਮਾਪੇ ਦਾ ਇੱਕ ਅੱਛਾ ਕਰਦਾਰ ਹੁੰਦਾ ਮਾਸ਼ਾਅੱਲਾ ਤਰਬੀਅਤ ਅੱਛੀ ਹੋਈ ਹੁੰਦੀ ਆ ਬੱਚਿਆਂ ਦੀ ਮਾਸ਼ਾਅੱਲਾ ਉਹ ਫਿਰ ਦੇਖ ਲਓ ਬੱਚੇ ਬੜੇ ਹੋ ਕੇ ਮਖਲੂਕੇ ਖੁਦਾ ਵਾਸਤੇ ਕਿੰਨੀ ਜਦੋ ਜਿਹਦ ਕਰਦੇ ਆ ਮਾਸ਼ਾਅੱਲਾ ਅੱਲਾ ਸਾਡੀ ਇਸ ਭੈਣ ਨੂੰ ਦੁਨੀਆ 'ਚ ਵੀ ਅਜਰ ਦੇਵੇ ਔਰ ਆਖਰਤ ਅੰਦਰ ਵੀ ਅਜਰ ਦੇਵੇ ਆਮੀਨ ਲੋ ਜੀ ਹੁਣ ਦੁਆ ਕਰੀਏ ਉਸ ਵਾਰ ਇਨਸ਼ਾਅੱਲਾ اللهم صل على محمد وعلى ال محمد وبارك وسلم وصلي عليه اے میرے اللہ اج دا مکمل واٹر پروجیکٹ اس فیملی واسطے باجی نیلم خالد صاحبہ دی طرفوں لگایا گیا اپنی بارگاہ قبول و منظور فرما آمین مولا باجی نیلم خالد صاحبہ نو صحت و سلامتی والی لمبی زندگی عطا فرما پوری فیملی نو مولا خوشحالی والی زندگی لمبی عطا فرما مولا انہاں دے والدین نو صحت و سلامتی والی لمبی زندگی عطا فرما مولا اس فیملی دیاں جو وی پریشانیاں انہاں نو غیبی مدد دے نال دور فرما مولا باجی نیلم خالد صاحبہ نے ایک پانی اس فیملی نو پلایا کل قیامت والے دن نبی پاک صلی اللہ علیہ وسلم دے حوض کوثر ہتھا مبارکہ چ حوض کوثر عطا فرما وصلی اللہ تعالی علی خیر خلق محمد علیہ وسلم لو جی السلام علیکم شکریہ چاچا جی اللہ تعالی تھوڑے گھر خوشیاں خوشیاں عطا فرما آمین ساڈی بہن دے وی گھر اللہ پاک بے تحاشا خوشیاں عطا فرما آمین